ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ ਜੀ। ਅਤੇ ਇਹ ਅਪਡੇਟ ਹੈ ਦ ਗੋਰਜੀਅਸ ਐਂਡ ਟੈਲੈਂਟਿਡ ਐਕਟਰੈਸ ਤਾਨੀਆ ਨਾਲ ਜੁੜੀ ਹੋਈ। ਸੋਸ਼ਲ ਮੀਡੀਆ ਦੇ ਉੱਪਰ ਤਾਨੀਆ ਨੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਔਰ ਇਹ ਪੋਸਟਰ ਹੈ ਉਹਨਾਂ ਦੀ ਆਉਣ ਵਾਲੀ ਫਿਲਮ ਦਾ। ਤਾਨੀਆ ਦੀ ਅਪਕਮਿੰਗ ਫਿਲਮ ਦਾ ਟਾਈਟਲ ਹੈ ਕਣਕਾਂ ਦੇ ਓਲੇ। ਫਿਲਮ ਦਾ ਟਾਈਟਲ ਬੇਹੱਦ ਹੀ ਜ਼ਿਆਦਾ ਯੂਨੀਕ ਹੈ ਅਤੇ ਉਨਾ ਹੀ ਯੂਨੀਕ ਹੈ ਇਸ ਫਿਲਮ ਦਾ ਪੋਸਟਰ। ਪੋਸਟਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਤਾਨੀਆ ਨੇ ਲਿਖਿਆ, ਅਨਾਊਂਸਿੰਗ ਅ ਫਿਲਮ ਜਿਹਦੀ ਸਕ੍ਰਿਪਟ ਸਾਡੇ ਕੰਟੈਂਟ ਓਰੀਐਂਟਡ ਸਿਨੇਮਾ ਨੂੰ ਹੋਰ ਸਟਰੋਂਗ ਕਰ ਦੇਗੀ। ਜਦੋਂ ਸਾਊਥ ਆਪਣੀਆਂ ਫਿਲਮਾਂ ਦੇ ਕੰਟੈਂਟ ਨਾਲ ਇੰਨੀ ਅੱਗੇ ਜਾ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ। ਮੈਂ ਕਮਰਸ਼ੀਅਲਸ ਨਹੀਂ ਦੇਖੇ, ਬਸ ਸਕ੍ਰਿਪਟ ਦੇਖੀ। ਇੱਕ ਪਿਆਰਾ ਜਿਹਾ ਮੇਰਾ ਐਫਰਟ ਜਿਹਨੂੰ ਤੁਹਾਡਾ ਪਿਆਰ ਹੋਰ ਵੱਡਾ ਕਰ ਸਕਦਾ ਹੈ। ਨਾ ਇਹ ਪਿਓ ਧੀ ਦੀ ਕਹਾਣੀ ਹੈ, ਨਾ ਆਸ਼ਿਕ ਮੁੰਡੇ ਕੁੜੀ ਦੀ, ਬਸ ਦਿਲ ਨੂੰ ਦਿਲ ਦੇ ਰਾਹ ਦੀ ਹੈ। ਕੀਪ ਸ਼ਾਵਰਿੰਗ ਯੋਰ ਲਵ ਐਂਡ ਬਲੈਸਿੰਗ, ਕਣਕਾਂ ਦੇ ਓਲੇ। ਇਸ ਫਿਲਮ ਦੇ ਵਿੱਚ ਪਿਓ ਧੀ ਦੀ ਕਹਾਣੀ ਵੀ ਨਹੀਂ ਹੈ ਅਤੇ ਗਰਲਫ੍ਰੈਂਡ ਬੋਏਫ੍ਰੈਂਡ ਦੀ ਨਹੀਂ ਹੈ, ਅਤੇ ਵੈਲ ਇਹ ਫਿਲਮ ਕਿਹੜੇ ਰਿਸ਼ਤਿਆਂ ਦੇ ਉੱਪਰ ਆ ਰਹੀ ਹੈਗੀ ਹੈ, ਇਹਦੇ ਲਈ ਤੁਹਾਨੂੰ ਕੁਛ ਇੰਤਜ਼ਾਰ ਕਰਨਾ ਪਵੇਗਾ। ਤਾਨੀਆ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਗੁਰਪ੍ਰੀਤ ਘੁੱਗੀ, ਕਿਸ਼ਤੂ ਕੇ, ਰਾਜ ਧਾਲੀਵਾਲ, ਤਰਸੇਮ ਪੌਲ, ਸੰਜੂ ਸੋਲੰਕੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਗਾਣਿਆਂ ਨੂੰ ਲਿਖਣਗੇ ਹਰਮਨਜੀਤ ਅਤੇ ਮਿਊਜ਼ਿਕ ਦੇਣਗੇ ਇਸਨੂੰ ਗੁਰਮੋ। ਕਣਕਾਂ ਦੇ ਓਲੇ ਫਿਲਮ ਦੀ ਕਹਾਣੀ ਲਿਖੀ ਹੈ ਗੁਰਜਿੰਦ ਮਾਨ ਨੇ ਅਤੇ ਇਸਨੂੰ ਡਾਇਰੈਕਟ ਕਰ ਰਹੇ ਨੇ ਤੇਜਿੰਦਰ ਸਿੰਘ। ਵੈਲ ਜਿੱਦਾਂ ਤਾਨੀਆ ਨੇ ਬਿਆਨ ਕੀਤਾ ਕਿ ਇਸ ਫਿਲਮ ਦੇ ਵਿੱਚ ਪਿਓ ਧੀ ਦੇ ਰਿਸ਼ਤੇ ਦੀ ਵੀ ਗੱਲ ਨਹੀਂ ਹੈ ਅਤੇ ਗਰਲਫ੍ਰੈਂਡ ਬੋਏਫ੍ਰੈਂਡ ਦੇ ਰਿਸ਼ਤੇ ਦੀ ਵੀ ਗੱਲ ਨਹੀਂ ਹੈ, ਅਤੇ ਇਸ ਤੋਂ ਤਾਂ ਸਾਫ਼ ਜ਼ਾਹਿਰ ਹੈ ਕਿ ਜਿਹੜਾ ਪੋਸਟਰ ਦੇ ਵਿੱਚ ਕਿਰਦਾਰ ਦੋ ਨਜ਼ਰ ਆ ਰਹੇ ਨੇ ਉਹਨਾਂ ਵਿੱਚੋਂ ਇੱਕ ਕਿਰਦਾਰ ਗੁਰਪ੍ਰੀਤ ਘੁੱਗੀ ਨਿਭਾ ਰਹੇ ਨੇ, ਇੱਕ ਕਿਰਦਾਰ ਨਿਭਾ ਰਹੇ ਨੇ ਕਿਸ਼ਤੂ ਕੇ। ਤਾਨੀਆ ਦਾ ਇਸ ਫਿਲਮ ਦੇ ਵਿੱਚ ਕਿੱਦਾਂ ਦਾ ਕਿਰਦਾਰ ਹੋਏਗਾ ਇਹ ਦੇਖਣ ਲਈ ਅਸੀਂ ਸਭ ਬੇਹੱਦ ਜ਼ਿਆਦਾ ਬੇਤਾਬ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੂੰ ਹਰਸ਼ ਵਾਧਵਾ ਐਂਡ ਵਾਧਵਾ ਪ੍ਰੋਡਕਸ਼ਨਸ ਦੇ ਬੈਨਰ ਹੇਠਾਂ ਸਾਲ 2023 ਦੇ ਵਿੱਚ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਫਾਈਨਲ ਰਿਲੀਜ਼ ਡੇਟ ਹਜੇ ਮੇਕਰਸ ਵੱਲੋਂ ਰਿਵੀਲ ਨਹੀਂ ਕੀਤੀ ਗਈ ਹੈ, ਜਿਵੇਂ ਹੀ ਕੋਈ ਜਾਣਕਾਰੀ ਆਏਗੀ ਅਸੀਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਸਿਨੇਮਾ ਦਿਨ ਪ੍ਰਤੀ ਦਿਨ ਗਰੋਥ ਕਰ ਰਿਹਾ ਹੈ, ਪਰ ਪੰਜਾਬੀਆਂ ਦੀ ਡਿਮਾਂਡ ਆਪਣੇ ਆਰਟਿਸਟ ਤੋਂ ਬੇਹੱਦ ਜ਼ਿਆਦਾ ਹਾਈ ਰਹਿੰਦੀ ਹੈ, ਅਤੇ ਉਹਨਾਂ ਦੀ ਇਹ ਵੀ ਡਿਮਾਂਡ ਹੁੰਦੀ ਹੈ ਕਿ ਅਸੀਂ ਸਾਊਥ ਵਾਂਗ ਕੰਟੈਂਟ ਓਰੀਐਂਟਡ ਸਿਨੇਮਾ ਕਿਉਂ ਨਹੀਂ ਕ੍ਰੀਏਟ ਕਰਦੇ। ਵੈਲ ਤਾਨੀਆ ਨੇ ਇਸ ਗੱਲ ਦਾ ਹੁਣ ਜਵਾਬ ਦਿੱਤਾ ਹੈ। ਤਾਨੀਆ ਨੇ ਕਿਹਾ ਕਿ ਇਹ ਫਿਲਮ ਕੰਟੈਂਟ ਨਾਲ ਭਰੀ ਹੋਏਗੀ ਔਰ ਕੰਟੈਂਟ ਬੇਸਡ ਹੀ ਹੋਏਗੀ। ਜੇ ਸਾਊਥ ਅੱਗੇ ਵੱਧ ਸਕਦਾ ਤਾਂ ਅਸੀਂ ਕਿਉਂ ਨਹੀਂ। ਵੈਲ ਇਸ ਫਿਲਮ ਨੂੰ ਦੇਖਣ ਦੇ ਲਈ ਬਹੁਤ ਜ਼ਿਆਦਾ ਐਕਸਾਈਟਮੈਂਟ ਸਭ ਦੀ ਹਾਇਰ ਹੋਏਗੀ, ਕਿਉਂਕਿ ਤਾਨੀਆ ਨੇ ਜਿਸ ਤਰੀਕੇ ਨਾਲ ਇਸ ਫਿਲਮ ਦਾ ਪੋਸਟਰ ਸ਼ੇਅਰ ਕੀਤਾ, ਇਹਦੀ ਅਨਾਊਂਸਮੈਂਟ ਕੀਤੀ ਹੈ, ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇੱਕ ਵੱਖਰਾ ਕੰਸੈਪਟ ਪੰਜਾਬੀ ਸਿਨੇਮਾ ਇੰਡਸਟਰੀ ਦੇ ਰਹੀ ਹੈ ਆਪਣੇ ਪੰਜਾਬੀ ਸਿਨੇਮਾ ਲਵਰਸ ਨੂੰ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਕਿੱਦਾਂ ਦੀ ਕਹਾਣੀ ਹੋਏਗੀ? ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਅੱਜ ਲਈ ਇਹ ਨਾ ਹੀ, ਜਲਦੀ ਮੁਲਾਕਾਤ ਹੋਵੇਗੀ, ਤਦ ਤੱਕ ਲਈ ਤੁਹਾਡਾ ਅਤੇ ਸਾਡਾ ਰੱਬ ਰਾਖਾ।